ਇਸ ਪੋਡਕਾਸਟ ਤੇ ਤੁਹਾਡਾ ਸਵਾਗਤ ਤੇ ਮੈਂ ਤੁਹਾਡਾ ਆਪਣਾ ਸ਼ਾਇਰ ਯਾਰ। ਅੱਜ ਦੇ ਇਸ ਪ੍ਰੋਗਰਾਮ ਤੁਸੀਂ ਸੁਣੋਗੇ ਪੰਜਾਬੀ ਦੇ ਮਕਬੂਲ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਕਹਾਣੀ ਸਾਬਣ ਦੀ ਚਿੱਪਰ। ਅਸੀਂ ਤਿੰਨੇ ਹੋਟਲ ਵਿੱਚ ਬੈਠੇ ਚਾਹ ਪੀ ਰਹੇ ਸਾਂ, ਮੈਂ, ਪ੍ਰੇਮ ਤੇ ਨਰਿੰਦਰ। ਨਰਿੰਦਰ ਸਰਦਾਰਾਂ ਦਾ ਮੁੰਡਾ ਸੀ, ਹੁਣ ਕਹਾਣੀਆਂ ਲਿਖਣ ਲੱਗ ਪਿਆ ਸੀ। ਇਹ ਤੇ ਕੋਈ ਅਨੋਖੀ ਗੱਲ ਨਹੀਂ ਸੀ, ਸਰਦਾਰਾਂ ਦੇ ਮੁੰਡਿਆਂ ਤੋਂ ਕਿਹੜਾ ਭਲਾ ਕੰਮ ਭੁੱਲਿਆ ਹੋਇਆ ਏ। ਆਪਣੀਆਂ ਪੈਲੀਆਂ ਦੀਆਂ ਵੱਟਾਂ ਤੇ ਫੇਰੇ ਵੀ ਮਾਰਦੇ ਨੇ ਤੇ ਵਜ਼ੀਰੀਆਂ ਵੀ ਕਰਦੇ ਨੇ, ਹਵਾਈ ਜਹਾਜ਼ ਵੀ ਚਲਾਉਂਦੇ ਨੇ ਤੇ ਸ਼ਿਕਾਰ ਮਗਰ ਕੁੱਤੇ ਵੀ ਭਜਾਉਂਦੇ ਨੇ, ਨੌਕਰੀਆਂ ਵੀ ਕਰਦੇ ਨੇ ਤੇ ਜਲੂਸ ਕੱਢ ਕੇ ਕੈਦ ਵੀ ਹੁੰਦੇ ਨੇ। ਮਜ਼ੇ ਦੀ ਗੱਲ ਤਾਂ ਇਹ ਸੀ ਕਿ ਉਸ ਦੀਆਂ ਕਹਾਣੀਆਂ ਮਾਰਕਸ ਦੇ ਸ਼ਬਦਾਂ ਵਿੱਚ ਲੁੱਟੇ ਹੋਏ ਲੋਕਾਂ ਦਾ ਪੱਖ ਪੂਰਦੀਆਂ ਸਨ, ਸਮਾਜਿਕ ਨਿਆਂ ਲਈ ਰੌਲਾ ਪਾਉਂਦੀਆਂ ਸਨ। ਇਸ ਬਾਰੇ ਹੀ ਗੱਲਾਂ ਹੋ ਰਹੀਆਂ ਸਨ। ਪ੍ਰੇਮ ਤੇ ਮੈਂ ਇਸ ਦੇ ਹੱਕ ਵਿੱਚ ਨਹੀਂ ਸਾਂ ਕਿ ਕਹਾਣੀਆਂ ਇਸੇ ਸਵਾਲ ਦੀ ਭੇਟਾ ਕਰ ਦਿੱਤੀਆਂ ਜਾਣ। ਇਹ ਗਰੀਬੀ ਅਮੀਰੀ ਦਾ ਰੌਲਾ ਐਵੇਂ ਮੋਟੀ ਬੁੱਧ ਦੀ ਨਿਸ਼ਾਨੀ ਏ, ਪ੍ਰੇਮ ਕਹਿ ਰਿਹਾ ਸੀ। ਜਿਨ੍ਹਾਂ ਲੋਕਾਂ ਦੀ ਸੂਝ ਲਿੱਸੀ ਏ ਉਹ ਸਮਝਦੇ ਨੇ ਕਿ ਬਹੁਤੇ ਪੈਸੇ ਨਾਲ ਬਹੁਤੀਆਂ ਮੌਜਾਂ ਨੇ ਤੇ ਜੇ ਥੋੜ੍ਹਾ ਹੋਵੇ ਤਾਂ ਕੋਈ ਸਵਾਦ ਨਹੀਂ। ਉਹ ਲੋਕ ਗਰੀਬ ਦੇ ਦਿਲ ਨੂੰ ਇੱਕ ਐਸੀ ਥਾਂ ਗਿਣਦੇ ਨੇ ਜਿਸ ਵੱਲ ਕੇਵਲ ਇੱਕ ਪਾਸੇ ਦਾ ਹੀ ਰਸਤਾ ਖੁੱਲ੍ਹਾ ਏ। ਉਸ ਰਸਤੇ 'ਤੇ ਦੁੱਖ ਕਲੇਸ਼ ਉਸ ਵੱਲ ਭੱਜੇ ਜਾਂਦੇ ਨੇ, ਪਰ ਉਧਰੋਂ ਦੂਜੇ ਪਾਸਿਓਂ ਕੋਈ ਖੇੜਾ, ਕੋਈ ਲਿਸ਼ਕ ਉਸਦੇ ਮੂੰਹ 'ਤੇ ਨਹੀਂ ਆ ਸਕਦੀ। ਰਸਤਾ ਹੀ ਬੰਦ ਕਰ ਦਿੰਦੇ ਨੇ ਇਹ ਲੋਕ। ਮੈਂ ਇਹ ਨਹੀਂ ਮੰਨਦਾ, ਪ੍ਰੇਮ ਨੇ ਨਾਂ ਵਿੱਚ ਸਿਰ ਹਿਲਾਇਆ ਤੇ ਨਰਿੰਦਰ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਉਸਦੇ ਉਲਟ ਗੱਲ ਕਰਦੇ ਸਾਰ ਹੀ ਹੂਰੋ ਹੂਰੀ ਹੋ ਪਵੇਗਾ। ਪਾਸੇ ਵਾਲੇ ਕਮਰੇ ਦਾ ਬੂਹਾ ਖੁੱਲ੍ਹਾ, ਵਿੱਚੋਂ ਇੱਕ ਖੂਬਸੂਰਤ ਔਰਤ, ਇੱਕ ਆਦਮੀ ਅਤੇ ਇੱਕ ਬੱਚਾ ਨਿਕਲੇ। ਅਸੀਂ ਉਹਨਾਂ ਵੱਲ ਵੇਖਣ ਲੱਗ ਪਏ। ਔਰਤ ਇੰਨੇ ਆਦਮੀਆਂ ਦੀਆਂ ਤਿੱਖੀਆਂ ਨਜ਼ਰਾਂ ਹੇਠ ਘਬਰਾਈ ਹੋਈ ਸਿੱਧੀ ਦਰਵਾਜ਼ੇ ਵੱਲ ਵੇਖਦੀ ਬਾਹਰ ਨਿਕਲ ਗਈ। ਬੱਚਾ ਮੇਜ਼ 'ਤੇ ਟਿਕਾਏ ਫੁੱਲਾਂ ਨੂੰ ਹੱਥ ਲਾ ਕੇ ਵੇਖਣ ਲਈ ਖੜ੍ਹਾ ਹੋ ਗਿਆ। ਆਦਮੀ ਬਾਹਰੋਂ ਵਾਪਸ ਆ ਕੇ ਉਸ ਨੂੰ ਨਾਲ ਲੈ ਗਿਆ। ਸਾਡਾ ਧਿਆਨ ਫਿਰ ਆਪਣੀ ਚਾਹ 'ਤੇ ਆਪਣੀਆਂ ਗੱਲਾਂ ਵੱਲ ਮੁੜ ਆਇਆ। ਮੈਨੂੰ ਪ੍ਰੇਮ ਦੀ ਗੱਲ ਸਿਆਣੀ ਲੱਗੀ। ਇਹ ਥਿਊਰੀ 'ਤੇ ਮੈਨੂੰ ਵੀ ਗਲਤ ਜਾਪਦੀ ਏ। ਮੈਂ ਆਪਣਾ ਹਿੱਸਾ ਪਾਇਆ। ਜੇ ਅਸੀਂ ਇਸ ਹੋਟਲ ਵਿੱਚ ਬੈਠ ਕੇ ਚੋਖੇ ਪੈਸਿਆਂ ਦੀ ਚਾਹ ਪੀ ਰਹੇ ਹਾਂ ਤਾਂ ਇਸਦਾ ਮਤਲਬ ਨਹੀਂ ਕਿ ਹੋਟਲ ਤੋਂ ਬਾਹਰ ਕਿਸੇ ਨੂੰ ਚਾਹ ਪੀਣ ਦਾ ਸਵਾਦ ਹੀ ਨਹੀਂ ਆ ਰਿਹਾ। ਹੋ ਸਕਦਾ ਹੈ ਕਿ ਕੋਈ ਆਪਣੀ ਵਹੁਟੀ ਜਾਂ ਧੀ ਹੱਥੋਂ ਚਾਹ ਪੀ ਕੇ ਕਿਤੇ ਵੀ ਸਵਾਦ ਲੈ ਰਿਹਾ ਹੋਵੇ। ਪ੍ਰੇਮ ਨੇ ਮੇਰੀ ਗੱਲ ਦੀ ਤਾਕੀਦ ਵਿੱਚ ਦੋ ਵਾਰ ਸਿਰ ਹਿਲਾਇਆ ਤੇ ਫਿਰ ਚਾਹ ਦਾ ਘੁੱਟ ਭਰਿਆ, ਸ਼ਾਇਦ ਇਹ ਵੇਖਣ ਲਈ ਕਿ ਇਸ ਮਹਿੰਗੇ ਹੋਟਲ ਦੀ ਚਾਹ ਕਿੰਨੀ ਕੁ ਸਵਾਦ ਏ। ਫਿਰ ਉਸਨੇ ਮੇਰੇ ਵੱਲ ਵੇਖ ਕੇ ਕਿਹਾ, ਹਾਂ ਇਹੀ ਤਾਂ ਮੈਂ ਕਹਿੰਦਾ ਹਾਂ। ਮੈਂ ਪੁੱਛਣਾ ਵਾਂ ਕਿ ਰਾਂਝਾ ਬਹੁਤ ਅਮੀਰ ਸੀ, ਪਰ ਅੱਜ ਕਿਹੜਾ ਏ ਜਿਹੜਾ ਇਹ ਆਖੇ ਕਿ ਉਸਦੀ ਜ਼ਿੰਦਗੀ ਫਜ਼ੂਲ ਤੇ ਘਟੀਆ ਸੀ। ਨਰਿੰਦਰ ਬੁੱਲਾਂ ਵਿੱਚ ਮੁਸਕਰਾਇਆ, ਅੱਖ ਦੇ ਫੋਰ ਲਈ ਇਸ ਤਰ੍ਹਾਂ ਲੱਗਾ ਜਿਵੇਂ ਕੁਝ ਕਹਿਣ ਲੱਗਾ ਏ, ਪਰ ਉਹ ਕੁਝ ਨਾ ਬੋਲਿਆ। ਮੈਦਾਨ ਸਾਡੇ ਹੱਥ ਸੀ। ਪ੍ਰੇਮ ਨੇ ਚਾਹ ਦੇ ਦੋ ਹੋਰ ਘੁੱਟ ਭਰੇ ਅਤੇ ਫਿਰ ਕੁਝ ਜੋਸ਼ ਵਿੱਚ ਆ ਕੇ ਕਿਹਾ, ਮੈਨੂੰ ਉਹ ਲੋਕ ਬਹੁਤ ਬੁਰੇ ਲੱਗਦੇ ਨੇ ਜਿਹੜੇ ਦੇਸ਼ ਦੀ ਵਸੋਂ ਦੇ ਵੱਡੇ ਹਿੱਸੇ ਨੂੰ ਕਦੀ ਤੇ ਮਧੋਲਿਆ ਹੋਇਆ ਕਹਿੰਦੇ ਨੇ ਤੇ ਕਦੀ ਲਤਾੜਿਆ ਹੋਇਆ। ਉਹ ਕਿਹੜੀ ਲਹਿਰ ਏ ਜਿਸ ਵਿੱਚ ਇਹ ਆਏ ਹੋਣ ਤੇ ਉਹ ਸਫਲ ਨਾ ਹੋਈ ਹੋਵੇ। ਇਹ ਇਕੱਲੇ ਸਾਡੇ ਦੇਸ਼ ਦੀ ਗੱਲ ਨਹੀਂ,
ਹਰ ਦੇਸ਼ ਵਿੱਚ ਇਸ ਤਰ੍ਹਾਂ ਹੀ ਹੋਇਆ ਹੈ। ਜਿਹੜੇ ਲੋਕਾਂ ਦੀ ਛੂਹ ਲਹਿਰਾਂ ਨੂੰ ਬੰਨੇ ਲਾਉਂਦੀ ਰਹੀ ਹੈ, ਉਹਨਾਂ ਨੂੰ ਤੁਸੀਂ ਲਤਾੜੇ ਕਿਵੇਂ ਕਹਿ ਸਕਦੇ ਹੋ? ਪ੍ਰੇਮ ਆਪਣੀ ਦਲੀਲ ਦੇ ਕੇ ਆਪ ਹੀ ਗਰਮ ਹੋ ਰਿਹਾ ਸੀ। ਉਸ ਇਹ ਅਖੀਰਲੀ ਗੱਲ ਏਡੀ ਉੱਚੀ ਮੁਕਾਈ ਕਿ ਉੱਥੇ ਬੈਠੇ ਕਈ ਲੋਕ ਸਾਡੇ ਵੱਲ ਵੇਖਣ ਲੱਗ ਪਏ। ਆਪਣੇ ਵੱਲੋਂ ਉਹਨਾਂ ਦਾ ਧਿਆਨ ਹਟਾਉਣ ਲਈ ਕੁਝ ਚਿਰ ਅਸੀਂ ਚੁੱਪ ਕਰਕੇ ਚਾਹ ਪੀਂਦੇ ਰਹੇ, ਪਰ ਸਾਡੇ ਦਿਮਾਗ ਬਹਿਸ ਕਰਕੇ ਤਿੱਖੇ ਹੋਏ ਪਏ ਸਨ ਅਤੇ ਚੁੱਪ ਰਹਿਣਾ ਔਖਾ ਸੀ। ਮੈਂ ਫਿਰ ਹੌਲੀ ਜਿਹੀ ਗੱਲ ਛੇੜ ਦਿੱਤੀ। ਮੈਂ ਦੁਨੀਆ ਦੇ ਦੋ ਸਵਾਦ ਸਭ ਤੋਂ ਉੱਤਮ ਮੰਨਦਾ ਹਾਂ, ਨਿਆਣਾ ਖਿਡਾਉਂਦੀ ਮਾਂ ਦਾ ਸਵਾਦ ਅਤੇ ਮੁਕਲਾਵੇ ਜਾਂਦੀ ਬੋਟੀ ਦਾ ਸਵਾਦ। ਇਹ ਸਵਾਦ ਮਾਣਦੀਆਂ ਇਸਤਰੀਆਂ ਨੂੰ ਮੈਂ ਖਲੋ ਖਲੋ ਕੇ ਲੁੱਕ ਲੁੱਕ ਕੇ ਵੇਖਿਆ ਏ। ਮੈਨੂੰ ਤਾਂ ਇੱਥੇ ਗਰੀਬ ਅਮੀਰ ਵਿੱਚ ਕਦੀ ਫਰਕ ਨਹੀਂ ਲੱਗਾ, ਦੋਹਾਂ ਦੇ ਮੂੰਹ ਇੱਕੋ ਜਿਹੇ ਹੀ ਖਿੜੇ ਹੁੰਦੇ ਨੇ। ਓਏ, ਅਸੀਂ ਦੋਵੇਂ ਹੀ ਬੋਲੀ ਜਾਂਦੇ ਹਾਂ, ਤੂੰ ਕਿਉਂ ਨਹੀਂ ਬੋਲਦਾ? ਪ੍ਰੇਮ ਨੇ ਖਿੱਚ ਕੇ ਨਰਿੰਦਰ ਨੂੰ ਕਿਹਾ। ਮੈਂ ਇਸ ਮਾਮਲੇ 'ਤੇ ਬਹਿਸ ਨਹੀਂ ਕਰਨਾ ਚਾਹੁੰਦਾ, ਨਰਿੰਦਰ ਸਵੈ ਵਿਸ਼ਵਾਸ ਦੇ ਚੁਬਾਰੇ ਤੋਂ ਬੋਲਿਆ। ਕਿਉਂ? ਕਿਉਂਕਿ ਇਸ 'ਤੇ ਬਹਿਸ ਹੋ ਹੀ ਨਹੀਂ ਸਕਦੀ, ਪਰ ਗੱਲਾਂ ਤਾਂ ਹੋ ਸਕਦੀਆਂ ਨੇ। ਹਾਂ, ਫਿਰ ਕੋਈ ਗੱਲ ਦੱਸ ਦੇ। ਕੋਈ ਕਾਈ ਨਹੀਂ, ਬਸ ਇੱਕੋ ਹੀ ਗੱਲ ਏ। ਮੇਰੀਆਂ ਸਾਰੀਆਂ ਲਿਖਤਾਂ 'ਤੇ ਇਸੇ ਇੱਕੋ ਗੱਲ ਦੀ ਹੀ ਪਾਣ ਚੜ੍ਹੀ ਹੋਈ ਏ। ਹੁਣ ਨਰਿੰਦਰ ਕੁਝ ਢਿੱਲਾ ਹੋ ਕੇ ਆਇਆ ਸੀ। ਅੱਛਾ, ਇੰਨੀ ਬਹੁਤ ਲਿਸ਼ਕ ਵਾਲੀ ਗੱਲ 'ਤੇ ਅੱਜ ਅਸੀਂ ਸੁਣ ਕੇ ਹੀ ਉੱਠਣਾ ਏ, ਪ੍ਰੇਮ ਨੇ ਚਾਹ ਨਾਲ ਆਖਿਆ। ਉਸ ਦੀ ਗੱਲ ਵਿੱਚ ਹੁਣ ਤਰਲਾ ਵੀ ਸੀ। ਨਰਿੰਦਰ ਦੇ ਮਨ ਵਿੱਚ ਮਿਹਰ ਪਈ ਅਤੇ ਉਹ ਗੱਲ ਸੁਣਾਉਣ ਲੱਗ ਪਿਆ। ਇਹ ਗੱਲ ਹੈ ਚਰੋਕਣੀ, ਪਰ ਮੇਰੇ ਵਾਸਤੇ ਹਰ ਵੇਲੇ ਸੱਜਰੀ ਏ। ਮੈਨੂੰ ਐਮ ਏ ਪਾਸ ਕੀਤਿਆਂ ਅਜੇ ਥੋੜ੍ਹਾ ਚਿਰ ਹੀ ਹੋਇਆ ਸੀ ਅਤੇ ਪਿੰਡ ਹੀ ਰਹਿੰਦਾ ਹੁੰਦਾ ਸਾਂ ਮੈਂ। ਸਾਡੀ ਹਵੇਲੀ ਦੇ ਨਾਲ ਹੀ ਸਾਡੇ ਖੇਤਾਂ ਵਿੱਚ ਕੰਮ ਕਰਨ ਵਾਲੇ ਇੱਕ ਆਦਮੀ ਦਾ ਘਰ ਸੀ। ਉਸ ਦੀ ਇੱਕ ਕੁੜੀ ਸਾਡੇ ਘਰ ਕੰਮ ਕਰਦੀ ਸੀ। ਕੰਮ ਉਹ ਕੋਈ ਰਸੋਈ ਦਾ ਤਾਂ ਨਹੀਂ ਸੀ ਕਰਦੀ, ਰਸੋਈ ਦੇ ਤਾਂ ਉਸਨੂੰ ਕੋਈ ਨੇੜੇ ਨਹੀਂ ਸੀ ਲੱਗਣ ਦਿੰਦਾ, ਬਸ ਸਫਾਈ ਅਤੇ ਹੋਰ ਉਤਲਾ ਉਤਲਾ ਕੰਮ ਕਰਦੀ ਸੀ। ਇਸ ਗੱਲ ਦੀ ਮੈਨੂੰ ਬਹੁਤ ਹੈਰਾਨੀ ਹੁੰਦੀ ਸੀ ਕਿ ਘਰ ਵਿੱਚ ਬੈਠੀ ਭੌਰੀ 'ਤੇ ਕੰਮ ਕਰਦੀ ਉਹ ਕਿਸੇ ਨੂੰ ਰੜਕਦੀ ਨਹੀਂ ਸੀ, ਕੋਈ ਉਸ ਵੱਲ ਅੱਖ ਭਰ ਕੇ ਨਹੀਂ ਸੀ ਵੇਖਦਾ। ਉਸ ਦੇ ਸਾਹਮਣੇ ਬਗੈਰ ਉਸ ਨੂੰ ਵਿੱਚੋਂ ਕੁਛ ਦਿੱਤੇ ਅਸੀਂ ਕੁਝ ਵੀ ਖਾ ਸਕਦੇ ਸਾਂ, ਉਸ ਦੇ ਕੋਲ ਫਿਰਦਿਆਂ ਕੋਈ ਵੀ ਗੱਲ ਕਰ ਸਕਦੇ ਸਾਂ। ਉਸ ਦੀਆਂ ਵੀ ਅੱਖਾਂ ਸਨ, ਕੰਨ ਸਨ, ਦਿਮਾਗ ਸੀ, ਦਿਲ ਸੀ। ਇਹ ਸਾਡੇ ਟੱਬਰ ਦੇ ਕਿਸੇ ਜੀ ਦੇ ਮਨ ਵਿੱਚ ਆਉਂਦਾ ਹੀ ਨਹੀਂ ਸੀ। ਸਾਰੇ ਟੱਬਰ ਦੇ ਇਸ ਵਤੀਰੇ ਕਰਕੇ ਮੇਰੀ ਉਸ ਵਿੱਚ ਦਿਲਚਸਪੀ ਹੋ ਗਈ। ਉਹ ਸਾਡੇ ਬਾਰੇ ਕੀ ਸੋਚਦੀ ਹੋਵੇਗੀ, ਸਾਡੇ ਵਿੱਚ ਆਪਣੀ ਕੀ ਥਾਂ ਮਿਥਦੀ ਸੀ, ਬਾਹਰਲੀ ਦੁਨੀਆ ਵਿੱਚ ਆਪਣੀ ਕੀ ਥਾਂ ਵੇਖਦੀ ਸੀ ਉਹ, ਜਾਂ ਉਸ ਦੀਆਂ ਕੀ ਉਮੰਗਾਂ ਸਨ। ਮੈਂ ਵੇਖਿਆ ਕਿ ਉਸ ਦੀ ਸ਼ਕਲ ਮਾੜੀ ਨਹੀਂ ਸੀ, ਕੇਵਲ ਉਸਨੂੰ ਆਪਣੇ ਆਪ ਦਾ ਪਤਾ ਨਹੀਂ ਸੀ। ਇੱਕ ਦਿਨ ਸ਼ਾਮ ਨੂੰ ਮੇਰੇ ਮਾਤਾ ਜੀ ਨੇ ਉਸਨੂੰ ਹੱਟੀਓਂ ਰੇਠੇ ਲਿਆਉਣ ਲਈ ਕਿਹਾ ਅਤੇ ਇੱਕ ਅਠਾਨੀ ਉਸਦੇ ਹੱਥ 'ਤੇ ਧਰ ਦਿੱਤੀ। ਹੱਟੀ ਪਿੰਡ ਦੇ ਦੂਜੇ ਸਿਰੇ 'ਤੇ ਸੀ। ਹੱਟੀ ਵਾਲੇ ਨੇ ਕਿਹਾ, ਰੇਠੇ ਮੁੱਕ ਗਏ ਨੇ, ਪਰ ਮੇਰਾ ਮੁੰਡਾ ਸ਼ਹਿਰੋਂ ਸੌਦਾ ਲੈਣ ਗਿਆ ਹੋਇਆ ਏ, ਗੱਡੀ ਨੂੰ ਸਟੇਸ਼ਨ ਤੋਂ ਲੰਘਿਆਂ ਢੇਰ ਚਿਰ ਹੋ ਗਿਆ ਏ, ਹੁਣੇ ਹੀ ਆਉਂਦਾ ਹੋਵੇਗਾ, ਰੇਠੇ ਵੀ ਲੈ ਆਵੇਗਾ, ਤੂੰ ਝੱਟ ਉਡੀਕ ਲੈ। ਕੁੜੀ ਉੱਥੇ ਬੈਠ ਗਈ। ਹਨੇਰਾ ਹੋ ਗਿਆ, ਪਰ ਹੱਟੀ ਵਾਲੇ ਦਾ ਮੁੰਡਾ ਨਾ ਅਪੜਿਆ। ਬੇਉਮੀਦ ਹੋ ਕੇ ਕੁੜੀ ਮੁੜ ਆਈ। ਹਨੇਰਾ ਹੋ ਜਾਣ ਕਰਕੇ ਅਸੀਂ ਬੂਹਾ ਵੀ ਬੰਦ ਕਰ ਦਿੱਤਾ ਹੋਇਆ ਸੀ। ਵਾਪਸ ਆ ਕੇ ਉਸਨੇ ਬੂਹਾ ਖੜਕਾਇਆ, ਮੈਂ ਖੋਲ੍ਹਿਆ ਅਤੇ ਉਸਨੇ ਕਿਹਾ, ਮਾਤਾ ਜੀ ਨੂੰ ਕਹਿ ਦਿਓ ਕਿ ਰੀਠੇ ਨਹੀਂ ਮਿਲੇ, ਸਵੇਰੇ ਲੈ ਆਵਾਂਗੀ, ਹੁਣ ਪੈਸੇ ਰੱਖ ਲੈਣ। ਮਾਤਾ ਜੀ ਨੇ ਸੁਣ ਕੇ ਦੂਰੋਂ ਹੀ ਕਿਹਾ, ਪੈਸੇ ਤੂੰ ਹੀ ਰੱਖ ਲੈ ਆਪਣੇ ਕੋਲ, ਸਵੇਰੇ ਜਾ ਕੇ ਲੈ ਆਈ।
ਪਰ ਉਸਨੇ ਇਹ ਗੱਲ ਅਣਸੁਣੀ ਕਰਕੇ ਅਠਾਨੀ ਮੇਰੇ ਹੱਥ ਵਿੱਚ ਫੜਾ ਦਿੱਤੀ। ਪਰ ਤੂੰ ਆਪਣੇ ਕੋਲ ਕਿਉਂ ਨਹੀਂ ਰੱਖਦੀ? ਮੈਂ ਪੁੱਛਿਆ। ਲਓ ਸਰਦਾਰ ਜੀ, ਜੇ ਕਿਧਰੇ ਗਵਾਚ ਜਾਣ ਤਾਂ ਅਸਾਂ ਗਰੀਬਾਂ ਨੇ ਕਿੱਥੋਂ ਭਰਨੇ ਹੋਏ। ਮੈਨੂੰ ਇਸ ਗੱਲ 'ਤੇ ਬੜੀ ਹੈਰਾਨੀ ਹੋਈ ਕਿ ਕਈ ਲੋਕਾਂ ਨੂੰ ਇੱਕ ਰਾਤ ਲਈ ਇੱਕ ਅਠਾਨੀ ਵੀ ਸਾਂਭਣ ਤੋਂ ਡਰ ਆਉਂਦਾ ਏ। ਇੱਕ ਦਿਨ ਉਹ ਬਾਹਰ ਧੁੱਪੇ ਸਾਡੇ ਕੱਪੜੇ ਧੋ ਰਹੀ ਸੀ। ਮੈਂ ਆਪਣੇ ਕਮਰੇ ਵਿੱਚ ਬੈਠਾ ਬਾਰੀ ਵਿੱਚੋਂ ਉਸ ਨੂੰ ਵੇਖ ਰਿਹਾ ਸਾਂ। ਬਾਰੀ ਅੱਗੇ ਜਾਲੀ ਲੱਗੀ ਹੋਈ ਸੀ, ਉਂਝ ਵੀ ਕਮਰੇ ਵਿੱਚ ਹਨੇਰਾ ਜਿਹਾ ਸੀ, ਇਸ ਲਈ ਉਹ ਮੈਨੂੰ ਵੇਖ ਨਹੀਂ ਸੀ ਸਕਦੀ। ਉਸ ਨੂੰ ਪਤਾ ਹੀ ਨਹੀਂ ਸੀ ਕਿ ਮੈਂ ਉੱਥੇ ਬੈਠਾ ਹੋਇਆ ਹਾਂ। ਉਸਦਾ ਆਪਣਾ ਕਮੀਜ਼ ਬਹੁਤ ਮੈਲਾ ਹੋਇਆ ਪਿਆ ਸੀ। ਉਸ ਕੋਲ ਸ਼ਾਇਦ ਹੋਰ ਕੋਈ ਕਮੀਜ਼ ਹੈ ਹੀ ਨਹੀਂ ਸੀ, ਅਤੇ ਧੋਣ ਦਾ ਇਹੋ ਤਰੀਕਾ ਸੀ ਕਿ ਉਹ ਕਮੀਜ਼ ਲਾ ਕੇ ਉਨਾ ਚਿਰ ਆਪਣੇ ਦੁਆਲੇ ਚਾਦਰ ਵਲੇਟੀ ਰੱਖੇ। ਉਸਨੂੰ ਚੁੰਕਿ ਕਿਸੇ ਬੰਦੇ ਦੇ ਨੇੜੇ ਹੋਣ ਦਾ ਖਿਆਲ ਨਹੀਂ ਸੀ, ਉਸਨੇ ਬੇਖਬਰ ਖੜ੍ਹੇ ਹੋ ਕੇ ਕਮੀਜ਼ ਲਾਹੀ ਅਤੇ ਫਿਰ ਆਪਣੇ ਦੁਆਲੇ ਚਾਦਰ ਵਲ ਲਈ। ਇੱਕ ਛਿਨ ਲਈ ਇੱਕ ਸੁੰਦਰ ਸਰੀਰ ਦੀ ਝਲਕ ਮੈਨੂੰ ਦਿਸੀ। ਜੀ ਕਰਦਾ ਸੀ ਕਿ ਇਹ ਛਿਨ ਲੰਮਾ ਹੋ ਜਾਏ, ਕਦੇ ਜੀ ਵੀ ਰੱਜਿਆ ਏ। ਹੁਣ ਮੇਰੀ ਉਸਦੀ ਨੇੜੇ ਹੋਣ ਦੀ ਉਤਸੁਕਤਾ ਹੋਰ ਵੀ ਵੱਧ ਗਈ। ਇੱਕ ਦਿਨ ਉਹ ਮੇਰਾ ਕਮਰਾ ਸਾਫ਼ ਕਰ ਰਹੀ ਸੀ, ਮੈਂ ਅੰਦਰ ਆ ਗਿਆ। ਕੁਝ ਥੋੜ੍ਹੀ ਜਿਹੀ ਸਾਂਝ ਦਾ ਮੈਨੂੰ ਪਹਿਲੇ ਹੀ ਵਿਸ਼ਵਾਸ ਸੀ। ਮੇਰੇ ਲਈ ਇਹ ਬੜੀ ਮਹਾਨ ਘੜੀ ਸੀ। ਮੈਂ ਆਪਣੇ ਜਜ਼ਬੇ ਉਹਦੇ ਪੈਰਾਂ ਵਿੱਚ ਖਿਲਾਰ ਕੇ ਉਸਨੂੰ ਇੱਕ ਉੱਚੀ ਦੁਨੀਆ ਦੀ ਝਲਕ ਦੇਣਾ ਚਾਹੁੰਦਾ ਸਾਂ। ਉਸਦੇ ਹੱਥ ਵਿੱਚੋਂ ਮੈਂ ਝਾੜੂ ਫੜ ਕੇ ਭੌਂਏ 'ਤੇ ਰੱਖ ਦਿੱਤਾ ਅਤੇ ਫਿਰ ਉਸਨੂੰ ਬਾਹੋਂ ਫੜ ਕੇ ਆਪਣੀ ਮੰਜੀ 'ਤੇ ਬਹਾ ਲਿਆ। ਮੈਂ ਆਪ ਢੁੱਕ ਕੇ ਉਸਦੇ ਨਾਲ ਬੈਠ ਗਿਆ ਅਤੇ ਇੱਕ ਹੱਥ ਉਸਦੇ ਮੋਢੇ 'ਤੇ ਰੱਖ ਕੇ ਉਸਨੂੰ ਹੋਰ ਆਪਣੇ ਨਾਲ ਘੁੱਟ ਲਿਆ। ਇਹ ਗੱਲ ਚੰਗੀ ਨਹੀਂ ਸਰਦਾਰ ਜੀ ਤੁਹਾਡੇ ਲਈ, ਉਸਨੇ ਨਿੰਮਾ ਜਿਹਾ ਉਲਾਮਾ ਦਿੱਤਾ। ਚੰਗੀ ਨਹੀਂ, ਬੜੀ ਚੰਗੀ ਹੈ। ਮੈਂ ਭੱਦੇ ਜਿਹੇ ਤਰੀਕੇ ਨਾਲ ਉਸਨੂੰ ਟਾਲਿਆ ਅਤੇ ਉਹ ਕੁਝ ਮੁਸਕਰਾ ਪਈ, ਸ਼ਾਇਦ ਮੇਰੇ ਇਸ ਸਿੱਧੇ ਜਿਹੇ ਜਵਾਬ 'ਤੇ। ਬਹੁਤ ਚੰਗਾ ਮੁੱਢ ਵੱਜ ਗਿਆ ਏ ਸਮਝ ਕੇ ਮੈਂ ਉਸਦਾ ਹੱਥ ਛੱਡ ਦਿੱਤਾ ਅਤੇ ਉਹ ਉੱਠ ਕੇ ਖਲੋ ਗਈ। ਇਹ ਸਾਬਣ ਲੈ ਜਾਵਾਂ ਸਰਦਾਰ ਜੀ? ਉਸਨੇ ਉੱਠਦਿਆਂ ਸਾਰ ਹੀ ਮੰਗ ਕੀਤੀ। ਜਿੱਥੇ ਅਸੀਂ ਬੈਠੇ ਸਾਂ ਉਸਦੇ ਸਾਹਮਣੇ ਅੰਗੀਠੀ 'ਤੇ ਮੇਰੇ ਨਹਾਉਣ ਵਾਲੇ ਸਾਬਣ ਦੀ ਇੱਕ ਚਿੱਪਰ ਜਿਹੀ ਪਈ ਸੀ। ਇਸ ਸਾਰੀ ਖੇਡ ਵਿੱਚ ਉਸਦਾ ਧਿਆਨ ਸ਼ਾਇਦ ਉਸ ਚਿੱਪਰ ਵਿੱਚ ਹੀ ਰਿਹਾ ਸੀ। ਜੇ ਕੋਈ ਮੈਨੂੰ ਪੁੱਛੇ ਤਾਂ ਮੈਨੂੰ ਤੇ ਇਸ ਮਜ਼ੇਦਾਰ ਸੁਪਨੇ ਵਿੱਚੋਂ ਕਿਸੇ ਵੀ ਚੀਜ਼ ਦੀ ਹੋਸ਼ ਹੀ ਨਹੀਂ ਸੀ। ਹਾਂ ਹਾਂ ਲੈ ਲੈ ਕਹਿ ਕੇ ਮੈਂ ਉਸੇ ਮੰਜੀ 'ਤੇ ਫੇਰ ਬੈਠ ਗਿਆ। ਉਸ ਦਿਨ ਪਿੱਛੋਂ ਹਰ ਇੱਕ ਲਈ ਰਾਜਮੀ ਰੋਟੀ ਤੋਂ ਬਿਨਾਂ ਹੋਰ ਕੋਈ ਗੱਲ ਮੇਰੇ ਮਨ ਵਿੱਚ ਖੁਬਣੀ ਅਸੰਭਵ ਹੋ ਗਈ ਏ। ਜਦੋਂ ਕੁਝ ਲੋਕਾਂ ਲਈ ਥੋੜਾ ਸਰੀਰ ਦੇ ਹੋਰ ਸਾਰੇ ਰਸਤੇ 'ਤੇ ਸਵਾਦ ਬੰਦ ਕਰ ਦੇਣ ਤਾਂ ਬਾਕੀ ਦੇ ਲੋਕਾਂ ਨੂੰ ਕੁਝ ਚਿਰ ਹੋਰ ਗੱਲਾਂ ਕਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ। ਬਸ ਆਪਣੀਆਂ ਲਿਖਤਾਂ ਦੀ ਸਫਾਈ ਵਿੱਚ ਮੇਰੇ ਕੋਲ ਹੋਰ ਕੋਈ ਦਲੀਲ ਨਹੀਂ, ਕਹਿ ਕੇ ਨਰਿੰਦਰ ਚੁੱਪ ਕਰ ਗਿਆ। ਸ਼ੁਕਰੀਆ।